ਅਡਵੈਂਟਨ ਦੇ ਨਾਲ ਲੱਗਦੇ ਸ਼ਹਿਰ ਵਟਾਸਕਨ ਦੇ ਵਿੱਚ ਅਚਾਨਕ ਅੱਗ ਲੱਗਣ ਦੇ ਨਾਲ ਉੱਥੇ ਛੋਟੇ 에ਰਪੋਰਟ ਦੇ ਵਿੱਚ 4 ਹੈਂਗਰਜ਼ ਦੇ ਵਿੱਚ ਅੱਗ ਲੱਗੀ ਅਤੇ ਜੋ ਵੀ 에ਰਕ੍ਰਾਫਟ ਇਨ ਹੈਂਗਰ ਦੇ ਵਿੱਚ ਖੜੇ ਕੀਤੇ ਸਨ ਉਹ ਪੂਰੀ ਤਰ੍ਹਾਂ ਜਲ ਕੇ ਤਬਾਹ ਹੋ ਗਏ ਅਤੇ ਬਹੁਤ ਵੱਡਾ مالی ਨੁਕਸਾਨ ਹੋਇਆ ਅਤੇ ਇਸ ਘਟਨਾ ਦੇ ਵਿੱਚ ਅਨਜਾਨੀ ਨੁਕਸਾਨ ਕੋਈ ਨਹੀਂ ਹੋਇਆ ਪਰ ਸਿਟੀ ਆਫ ਵਿਟਾਸਕ ਕੋਲ ਦਾ ਮਾਲੀ ਨੁਕਸਾਨ ਬਹੁਤ ਹੋਇਆ ਇਸ ਦੇ ਫਾਇਰ ਡਿਪਾਰਟਮੈਂਟ ਦੇ ਆਗੂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਗ ਦੇ ਕਾਰਨ ਦਾ ਹਾਲ ਤੱਕ ਪਤਾ ਨਹੀਂ ਲੱਗ ਸਕਿਆ ਪਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅੱਗ ਕਿੰਨਾ ਕਾਰਨ ਕਰਕੇ ਲੱਗੀ ਅਤੇ ਕਿੰਨਾ ਨੁਕਸਾਨ ਹੋਇਆ ਇਸ ਦੀ ਜਲਦੀ ਹੀ ਜਾਣਕਾਰੀ ਮੀਡੀਆ ਨੂੰ ਦਿੱਤੀ ਜਾਏਗੀ ਵਰਨਣਯੋਗ ਹੈ ਕਿ ਜੋ ਵੀ ਹੈਂਗਰਸ ਹੁੰਦੇ ਨੇ ਨਾ ਉਹਨਾਂ ਨੂੰ ਜਹਾਜ਼ਾਂ ਦੀ ਸੁਰੱਖਿਆ ਵਾਸਤੇ ਬਣਾਇਆ ਗਿਆ ਹੁੰਦਾ ਪਰ ਜਹਾਜ਼ਾਂ ਦੀ ਸੁਰੱਖਿਆ ਵਾਸਤੇ ਬਣਾਏ ਗਏ ਹੈਂਗਰ ਦੇ ਵਿੱਚ ਅੱਗ ਲੱਗਣ ਦੇ ਨਾਲ ਬਹੁਤ ਵੱਡਾ ਨੁਕਸਾਨ ਹੋ ਗਿਆ ਜੋ ਵਟਾਸਕਨ ਦੇ ਵਿੱਚ 에어ਪੋਰਟ ਤੇ ਅੱਗ ਲੱਗੀ ਸੀ ਉਹਨੂੰ ਬੁਝਾਉਣ ਵਾਸਤੇ ਲੰਮਾ ਸਮਾਂ ਅਮਲੇ ਨੂੰ ਮਿਹਨਤ ਕਰਨੀ ਪਈ ਅਤੇ ਉਸ ਤੋਂ ਬਾਅਦ ਅੱਗ ਦੇ ਕਾਬੂ ਪਾਇਆ ਗਿਆ ਪਰ ਅੱਗ ਦੇ ਨਾਲ ਜੋ ਨੁਕਸਾਨ ਹੋ ਗਿਆ ਉਸ ਦੇ ਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਜਾਣਕਾਰੀ ਦਿੱਤੀ ਜਾਏਗੀ ਅਸੀਂ ਆਸ ਕਰਦੇ ਹਾਂ ਕਿ ਸਿਟੀ ਆਫ ਵਟਾਸਕਨ ਅਤੇ ਹੋਰ ਕਈ ਜੋ 에어ਪੋਰਟ ਦੇ ਉੱਤੇ ਹੈਂਗਰਸ ਨੇ ਉਹਨਾਂ ਦੀ ਸੁਰੱਖਿਆ ਨੂੰ ਅਤੇ ਉਹਨਾਂ ਦੀ ਜਾਂਚ ਪੜਤਾਲ ਲਈ ਕੰਮ ਕੀਤੇ ਜਾਣਗੇ ਤਾਂ ਕਿ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰ ਸਕੇ ਗੁਰਪ੍ਰਿੰਦ ਸਿੰਘ ਬਾੜੀ ਮੇਗਾ ਪੀਟੀਸੀ ਨਿਊਜ਼ ਐਡਮਿੰਟਨ ਕੈਨੇਡਾ